ਮੌਨਸੂਨ ਚੱਲ ਰਿਹਾ ਤੇ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ, ਲੇਕਿਨ ਚੰਡੀਗੜ੍ਹ ਦੀ ਅਸੀਂ ਗੱਲ ਕਰ ਲਈਏ, ਚੰਡੀਗੜ੍ਹ 'ਚ ਮੌਨਸੂਨ ਥੋੜਾ ਘੱਟ ਸੀ, ਲੇਕਿਨ ਅੱਜ ਥੋੜੀ ਜਿਹੀ ਬਰਸਾਤ ਹੋਈ ਤੇ ਹਾਲਾਤ ਤੁਹਾਡੇ ਸਾਹਮਣੇ ਆ, ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ? ਗਰਾਊਂਡ ਜ਼ੀਰੋ ਤੇ ਨਿਊਜ਼ 18 ਦੀ ਰਿਪੋਰਟ ਕਿ 3637 ਦੀ ਲਾਈਟ ਪੁਆਇੰਟ ਦੀ ਇਹ ਤਸਵੀਰਾਂ ਨੇ ਜਿੱਥੇ ਪੂਰਾ ਸਵਿਮਿੰਗ ਪੂਲ ਬਣਿਆ ਹੋਇਆ ਹੈ, ਲੋਕਾਂ ਨੂੰ ਇਸ ਤਰ੍ਹਾਂ ਦੀ ਦਿੱਕਤਾਂ ਕਿ ਕਈ ਗੱਡੀਆਂ ਇੱਥੇ ਖਰਾਬ ਹੋ ਚੁੱਕੀ ਹੈ, ਸਕੂਲ ਦੀ ਛੁੱਟੀ ਹੋਈ ਹੈ, ਸਕੂਲੀ ਬੱਚੇ ਕਾਫੀ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਪੂਰਾ ਇਹ ਰੋਡ ਹੈ ਉਹ ਬਲੌਕ ਹੋ ਚੁੱਕਿਆ ਹੈ, ਲੰਬੀ ਲੰਬੀ ਕਤਾਰਾਂ ਇੱਥੇ ਲੱਗ ਚੁੱਕੀ ਹੈ ਔਰ ਹਾਲਾਤ ਇਹ ਹੈ ਕਿ ਲੋਕਾਂ ਨੂੰ ਬਾਹਰ ਆਉਣਾ ਪਿਆ ਜਾਮ ਖੁਲਾਉਣ ਵਾਸਤੇ। ਹਾਲਾਂਕਿ ਹਜੇ ਤੱਕ ਕੋਈ ਵੀ ਨਗਰ ਨਿਗਮ ਦਾ ਅਧਿਕਾਰੀ, ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਹਜੇ ਮੌਕੇ ਤੇ ਨਹੀਂ ਪਹੁੰਚਿਆ। ਹਾਲਾਂਕਿ ਮੀਂਹ ਥੋੜਾ ਜਿਹਾ ਪਿਆ ਸੀਗਾ ਜਿਸ ਕਰਕੇ ਇਹ ਬੁਰਾ ਹਾਲ ਹੈ, ਜਲ ਭਰਾਵ ਦੀ ਜਿਹੜੀ ਸਿਚੁਏਸ਼ਨ ਹੈ ਉਹ ਇੰਨੀ ਜ਼ਿਆਦਾ ਹੈ ਕਿ ਪੂਰਾ ਇਹ ਸੈਕਟਰ, ਅਸੀਂ ਗੱਲ ਕਰ ਲਈਏ ਸੈਕਟਰ 35, ਸੈਕਟਰ 43, ਸੈਕਟਰ 36, ਸੈਕਟਰ 37, ਇਹ ਪੂਰਾ ਏਰੀਆ ਜਲ ਭਰਾਵ ਦੇ ਕਰਕੇ ਪੂਰਾ ਜਲਮਗਨ ਹੋ ਚੁੱਕਿਆ, ਜਿਸ ਕਰਕੇ ਜਿਹੜਾ ਆਸ ਪਾਸ ਦਾ ਪੂਰਾ ਕਹਿ ਸਕਦੇ ਹਾਂ ਕਿ ਜਿਹੜੀ ਸਿਚੁਏਸ਼ਨ ਹੈ, ਟ੍ਰੈਫਿਕ ਜਿਹੜੀ ਜਾਮ ਹੋ ਚੁੱਕੀ ਹੈ, ਚੌਕ ਹੋ ਚੁੱਕੀ ਹੈ ਔਰ ਤਸਵੀਰਾਂ ਤੁਸੀਂ ਵੇਖੋ ਕਿ ਇੱਥੇ ਲੋਕਲ ਜਿਹੜੇ ਲੋਕ ਨੇ ਉਹਨਾਂ ਨੂੰ ਆ ਕੇ ਹੁਣ ਜਾਮ ਦੀ ਜਿਹੜੀ ਸਿਚੁਏਸ਼ਨ ਹੈ ਉਹ ਹੁਣ ਖੋਲ੍ਹਣ ਦੀ ਤਿਆਰੀ ਜਿਹੜੀ ਕੀਤੀ ਜਾ ਰਹੀ ਹੈ। ਹਾਲਾਂਕਿ ਨਗਰ ਨਿਗਮ ਦੇ ਦਾਅਵਿਆਂ ਦੀ ਜ਼ਰੂਰ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ ਕਿ ਕਿਸ ਤਰ੍ਹਾਂ ਇਹ ਹਾਲਾਤ ਬਣੇ ਹੋਏ ਨੇ ਔਰ ਇਹ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਦੀ ਅਸੀਂ ਗੱਲ ਕਰ ਲਈਏ, ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਦੀ ਅਸੀਂ ਗੱਲ ਕਰ ਲਈਏ ਜਿੱਥੇ ਇਹ ਜਲ ਭਰਾਵ ਦੀ ਜਿਹੜੀ ਸਿਚੁਏਸ਼ਨ ਹੈ ਉਹ ਲੱਗੀ ਹੋਈ ਹੈ। ਹਾਲਾਂਕਿ ਸਕੂਲੀ ਹਜੇ ਛੁੱਟੀ ਹੋਈ ਹੈ ਔਰ ਸਕੂਲ ਦੇ ਸਟੂਡੈਂਟਸ ਵੀ ਸਾਈਡ ਤੇ ਖੜੇ ਹੋਏ ਨੇ ਕਿ ਕਿਸ ਤਰ੍ਹਾਂ ਅਸੀਂ ਨਿਕਲੀਏ। ਤਸਵੀਰਾਂ ਚੰਡੀਗੜ੍ਹ ਦੇ ਨੇ ਔਰ ਜਿਸ ਤਰ੍ਹਾਂ ਦਾ ਹਾਲਾਤ ਬਣੇ ਹੋਏ ਨੇ, ਜਿਸ ਤਰ੍ਹਾਂ ਦੀ ਇਸ ਸਮੇਂ ਕਿਉਂਕਿ ਪੂਰਾ ਰੋਡ ਜਾਮ ਹੈ ਔਰ ਰੋਡ ਜਾਮ ਕਰਕੇ ਜਿਸ ਤਰ੍ਹਾਂ ਦੇ ਸਿਚੁਏਸ਼ਨ ਹੈ ਉਹ ਤੁਸੀਂ ਤਸਵੀਰਾਂ ਦੇਖ ਰਹੇ ਹੋ। ਚੰਡੀਗੜ੍ਹ ਦੇ ਸੈਕਟਰ 36 ਦੀ ਇਹ ਤਸਵੀਰਾਂ ਨੇ ਜਿੱਥੇ ਇਹ ਪੂਰਾ ਜਲ ਭਰਾਵ ਦੀ ਜਿਹੜੀ ਸਿਚੁਏਸ਼ਨ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਦਾਅਵੇ ਕੀਤੇ ਗਏ ਸੀ ਕਿ ਪੂਰਾ ਅਰੇਂਜਮੈਂਟ ਕੀਤਾ ਹੋਇਆ, ਪੂਰਾ ਅਰੇਂਜਮੈਂਟ ਕੀਤਾ ਹੋਇਆ। ਕਿਆ ਕਰ ਰਹੇ ਹੋ ਆਪ ਲੋਕ ਯਹਾਂ ਪਰ? ਹਮ ਯੇ ਪਾਣੀ ਦੀਆਂ ਗਾੜੀਆਂ ਨਿਕਲਵਾ ਰਹੇ ਹੈਂ। ਅੱਛਾ, ਕਿੰਨੀ ਦੇਰ ਸੀ? ਯੇ 1 ਘੰਟਾ ਹੋ ਗਿਆ ਹਮੇ। ਤੋ ਕੋਈ ਆਇਆ ਨਹੀਂ? ਕੋਈ 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 ਪ੍ਰਸ਼ਾਸਨ ਨਹੀਂ, ਹਰ ਵਾਰ ਕਾ ਯੇ ਕੰਮ ਹੈ। ਦਿੱਕਤੇ ਕਿਸ ਤਰ੍ਹਾਂ ਸੇ ਆ ਰਹੀ ਹੈ ਲੋਗੋ ਕੋ? ਲੋਗੋ ਕੀ ਕਾਰੇ ਬੰਦੋ ਦਾਜੀ ਹੈ ਜੀ, ਠੀਕ ਹੈ। ਐਕਟਿਵਾ ਵਾਲੇ ਬਹੁਤ ਤੰਗ ਹੋ ਰਹੇ ਹੈ, ਅਬ ਕਈਓ ਕੋ ਅਗਰ ਜ਼ਿਆਦਾ ਜ਼ਰੂਰੀ ਇਧਰ ਜਾਣਾ ਹੈ, ਕਿਸ ਸਾਈਡ ਜਾਣਾ ਹੈ। ਐਂਬੂਲੈਂਸ ਵੀ ਦੋ ਯਹਾਂ ਸੇ ਐਂਬੂਲੈਂਸ ਗਈ ਹੈ, ਵੋ ਵੀ ਵਿਚਾਰੀ ਫਸ ਗਈ ਥੀ। ਅੱਛਾ, ਤੋ ਨਿਕਾਲਾ? ਹਾਂਜੀ ਨਿਕਾਲਾ। ਯਹਾਂ ਪੇ ਕੋਈ ਡਰੇਨੇਜ ਸਿਸਟਮ ਹੈ ਹੀ ਨਹੀਂ, ਜਬ ਵੀ ਬਾਰਿਸ਼ ਆਏਗੀ ਯਹਾਂ ਪਾਣੀ ਭਰ ਜਾਤਾ ਹੈ। ਭਰ ਜਾਤਾ ਹੈ ਤੋ ਉਸਕੇ ਬਾਅਦ ਵੀ ਕੋਈ ਕੋਈ ਐਕਸ਼ਨ ਨਹੀਂ ਲਿਆ ਇਸਕਾ? ਠੀਕ ਹੈ ਤੇ ਬਿਲਕੁਲ ਜਾਮ ਦੀ ਸਿਚੁਏਸ਼ਨ ਔਰ ਕਾਫੀ ਜਿਹੜਾ ਜਲ ਭਰਾਵ ਕਰਕੇ ਲੰਬਾ ਲੰਬਾ ਜਾਮ ਤਾਂ ਪੈਂਦਾ ਹੀ ਹੈ, ਲੇਕਿਨ ਲੋਕਾਂ ਨੂੰ ਕਾਫੀ ਖੱਜਲ ਖਵਾਰੀ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ, ਜਿਸ ਕਰਕੇ ਇਹ ਪੂਰਾ ਰੋਡ ਜਾਮ ਹੋ ਜਾਂਦਾ ਹੈ। ਸੈਕਟਰ 35 ਦੀ ਅਸੀਂ ਗੱਲ ਕਰ ਲਈਏ, ਸੈਕਟਰ 36 ਦੀ ਅਸੀਂ ਗੱਲ ਕਰ ਲਈਏ, 37 ਦੀ ਅਸੀਂ ਗੱਲ ਕਰ ਲਈਏ, 43 ਦੀ ਗੱਲ ਕਰੀਏ, ਇਸੇ ਤਰ੍ਹਾਂ ਦੀ ਹਾਲਾਤ ਜਿਹੜੇ ਹੈ ਉਹ ਵੇਖਣ ਨੂੰ ਮਿਲ ਰਹੇ, ਜਿਸ ਕਰਕੇ ਪੂਰਾ ਜਾਮ ਲੱਗਿਆ ਹੋਇਆ ਔਰ ਇੱਥੇ ਦੇ ਜਿਹੜੇ ਰੈਸੀਡੈਂਟਸ ਦੇ ਲੋਕ ਨੇ ਉਹ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਜਿਸ ਕਰਕੇ ਕਾਫੀ ਇੱਥੇ ਲੰਬਾ ਲੰਬਾ ਜਾਮ ਵੀ ਲੱਗਿਆ ਹੋਇਆ ਤੇ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਦੇਖਣ ਨੂੰ ਮਿਲ ਰਹੀ ਹੈ। ਚੰਡੀਗੜ੍ਹ ਦੇ 36 ਦੀ ਇਹ ਤਸਵੀਰਾਂ ਨੇ ਜਿੱਥੇ ਹੁਣ ਹਾਲਾਤ ਤੁਹਾਡੇ ਸਾਹਮਣੇ ਨੇ, ਗਰਾਊਂਡ ਜ਼ੀਰੋ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਇਹ
ਇਹ ਬਿਆਨ ਕਰ ਰਹੀ ਹੈ, ਇਹ ਬਿਆਨ ਕਰ ਰਹੀ ਹੈ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ ਖੋਲਦੀ ਨਜ਼ਰ ਆ ਰਹੀ ਹੈ ਕਿ ਅਰੇਂਜਮੈਂਟਸ ਕਿਸ ਤਰ੍ਹਾਂ ਦੇ ਕੀਤੇ ਗਏ ਸੀ, ਜੋ ਕਿ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਹੈ ਉਹ ਜ਼ਰੂਰ ਵੇਖਣ ਨੂੰ ਮਿਲਦੇ।